ਆਵਾਮ ਟੈਕਸ ਦਿੰਦੀ ਹੈ ਉਹਦੇ ਬਾਅਦ ਜਿਹੜੀ ਸਰਨਾ ਵੱਡੀ ਗੱਲ ਹੈ ਕਿ ਤੁਸੀਂ ਸੁਵਿਧਾਵਾਂ ਵੀ ਤਾਂ ਦਿਓ ਜਨਤਾ ਘਰ ਦੇਣ ਨੂੰ ਤਿਆਰ ਹੈ ਮਗਰ ਸੁਵਿਧਾਵਾਂ ਦਿਓ ਤੁਸੀਂ ਹਰ ਘਰ ਤੋਂ ਕੂੜਾ ਤੱਕ ਉਠਾਉਣ ਦਾ ਪੈਸਾ ਵਸੂਲ ਕਰਦੇ ਹੋ ਗਲੀਆਂ ਨਾਲੀਆਂ ਚੌਕ ਪਈਦੀਆਂ ਉਹਦੇ ਬਾਵਜੂਦ ਵੀ ਤੁਸੀਂ ਇੱਕ ਮੋਟੀ ਭਾਰੀ ਰਕਮ ਸੰਪੱਤੀ ਕਰ ਦੇ ਉੱਪਰ ਬਟੋਰਨ ਜਾ ਰਹੇ ਹੋ ਜਿਹੜੀ ਸਕੇਅਰ ਫੁੱਟ ਦੇ ਹਿਸਾਬ ਨਾਲ ਹੋਏਗੀ ਜਿਹੜੀ ਇੰਟਰਨਲ ਜਾਣਕਾਰੀਆਂ ਮਿਲੀਆਂ ਹਰ ਘਰ ਦਾ ਤੁਸੀਂ ਦੇਖਿਆ ਹੋਣਾ ਤੁਹਾਡੇ ਘਰ ਵੀ ਫੀਤਾ ਲੈ ਕੇ ਆਏ ਹੋਣੇ ਘਰ ਦਾ ਨਾਪਣਗਾ ਉਹਦੀ ਲੈਂਥ ਬ੍ਰਿਥ ਸਭ ਕੁਝ ਨਾਪ ਰਹੇ ਨੇ ਅਤੇ ਪੂਰੀ ਤਿਆਰੀਆਂ ਪੂਰਾ ਡਾਟਾ ਤਿਆਰ ਹੋ ਰਿਹਾ ਸਮਾਂ ਪਹਿਲੇ ਸੁਣਨ 'ਚ ਆਇਆ ਸੀ ਕਿ ਛੇਤੀ ਹੀ ਜੰਮੂ ਕਸ਼ਮੀਰ 'ਚ ਪ੍ਰੋਪਰਟੀ ਟੈਕਸ ਜਿਹੜਾ ਉਹ ਲੱਗਣ ਵਾਲਾ ਹੈ ਯਾਨੀ ਜਿਸ ਘਰ ਤੁਸੀਂ ਰਹਿਣਾ ਹੈ ਜਿਸ ਜਗ੍ਹਾ ਤੁਸੀਂ ਬਹਿਣਾ ਹੈ ਜਿਹੜੀ ਜਗ੍ਹਾ ਤੁਸੀਂ ਖਰੀਦਰੀ ਹੈ ਮਾਲਿਕਾਨਾ ਜ਼ਮੀਨ ਜਿਹੜੀ ਤੁਹਾਡੀ ਤੁਹਾਨੂੰ ਉਹਦਾ ਵੀ ਜਿਹੜਾ ਟੈਕਸ ਹੈ ਉਹ ਦੇਣਾ ਪੈਣਾ ਹੈ ਇਸ ਕਰਕੇ ਜਨਤਾ ਵਿੱਚ ਕਾਫੀ ਜ਼ਿਆਦਾ ਰੋਸ ਕਾਫੀ ਜ਼ਿਆਦਾ ਗੁੱਸਾ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਅਤੇ ਇਹ ਜਿਹੜੀ ਪ੍ਰੋਪਰਟੀ ਟੈਕਸ ਦੀ ਜਿਹੜੀ ਗੱਲ ਸੀ ਉਹ ਕਿਤੇ ਨਾ ਕਿਤੇ ਦੱਬਦੀ ਨਜ਼ਰ ਆਈ ਪਰ ਹੁਣ ਸੁਣਨ 'ਚ ਆਇਆ ਕਿ ਛੇਤੀ ਹੀ ਹੋ ਸਕਦਾ ਅਗਲੇ ਸਾਲ ਜਾਂ ਕੁਝ ਹੀ ਮਹੀਨਿਆਂ 'ਚ ਪ੍ਰੋਪਰਟੀ ਟੈਕਸ ਜਿਹੜਾ ਹੈ ਉਹ ਲੱਗ ਜਾਏਗਾ ਇਸੇ ਕਰਕੇ ਅੱਜ ਸ਼ਿਵ ਸੈਨਾ ਦੇ ਜਿੰਨੇ ਵੀ ਕਾਰਿਆਕਰਤਾ ਨੇ ਇਨ ਸਾਰਿਆਂ ਨੇ ਪ੍ਰਦਰਸ਼ਨ ਕੀਤਾ ਅਤੇ ਮੰਗ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੰਗ ਜਨਤਾ ਦੇ ਨਾਲ ਨਾਲ ਇਹ ਵੀ ਕੀ ਕਰ ਰਹੇ ਨੇ ਇਹਦੇ ਨਾਲ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਮੈਂ ਕਿਹਾ ਕਿ ਸੁਣਨ 'ਚ ਆਉਂਦਾ ਪਿਆ ਕਿ ਛੇਤੀ ਜੰਮੂ ਕਸ਼ਮੀਰ 'ਚ ਪ੍ਰੋਪਰਟੀ ਟੈਕਸ ਲੱਗਣ ਵਾਲਾ ਹੈ ਇਸ ਬਾਰੇ ਤੁਹਾਡਾ ਕੀ ਬਿਲਕੁਲ ਜੀ ਇੱਕ ਹੋਰ ਤੋਹਫ਼ਾ ਕਦੀ ਸਾਨੂੰ ਦੀਵਾਲੀ 'ਤੇ ਸਰਕਾਰ ਦੀ ਤਾਂ ਉਹ ਤੋਹਫ਼ਾ ਮਿਲਦਾ ਅਤੇ ਇਹ ਹੁਣ ਨਵੇਂ ਸਾਲ 'ਤੇ ਇੱਕ ਹੋਰ ਜੰਮੂ ਕਸ਼ਮੀਰ ਦੀ ਆਵਾਮ ਨੂੰ ਤੋਹਫ਼ਾ ਮਿਲਣ ਜਾ ਰਿਹਾ ਯਾਨੀ ਜਦੋਂ ਤੋਂ 370 ਹਟੀ ਹੈ ਜਨਤਾ ਦੀ ਜੇਬ 'ਤੇ ਡਾਕਾ ਪਾਉਣ ਦਾ ਸਰਕਾਰ ਨੇ ਕੋਈ ਮੌਕਾ ਨਹੀਂ ਛੱਡਿਆ ਜਨਤਾ ਇਸ ਸਮੇਂ ਮਹਿੰਗਾਈ ਨਾਲ ਤਰਸਤ ਹੈ ਜਨਤਾ ਬੇਰੁਜ਼ਗਾਰੀ ਤੋਂ ਤਰਸਤ ਹੈ ਜੰਮੂ ਕਸ਼ਮੀਰ 'ਚ ਆਰਥਿਕ ਮੰਦੀ ਛਾਈ ਹੋਈ ਹੈ ਮਗਰ ਸਰਕਾਰ ਲਗਾਤਾਰ ਆਪਣੀ ਤਿਜੋਰੀਆਂ ਭਰਨ 'ਚ ਮਸਤ ਹੈ ਜਨਤਾ ਨੂੰ ਰਾਹਤ ਦੇਣ ਦੀ ਜਗ੍ਹਾ ਆਪਣੀ ਤਿਜੋਰੀਆਂ ਭਰਨ ਦੀ ਤਰਫ਼ ਧਿਆਨ ਦਿੱਤਾ ਜਾ ਰਿਹਾ ਜੰਮੂ ਕਸ਼ਮੀਰ ਇਹ ਇਸ ਤਰ੍ਹਾਂ ਦਾ ਰਾਜ ਹੈ ਜਿੱਥੇ ਅਸੀਂ ਜਲ ਸੰਸਾਧਨਾਂ ਦੇ ਧਨੀ ਹਾਂ ਅਸੀਂ ਪੂਰੇ ਦੇਸ਼ ਨੂੰ ਜਲ ਸਪਲਾਈ ਕਰ ਸਕਦੇ ਹਾਂ ਜਲ ਤੋਂ ਸਤੋਤਰਾਂ ਤੋਂ ਅਸੀਂ ਬਿਜਲੀ ਪੈਦਾ ਕਰਕੇ ਅੱਧੇ ਦੇਸ਼ ਨੂੰ ਬਿਜਲੀ ਸਪਲਾਈ ਕਰ ਸਕਦੇ ਹਾਂ ਮਤਲਬ ਉਹਦੇ ਬਾਵਜੂਦ ਵੀ ਜੰਮੂ ਕਸ਼ਮੀਰ ਦੀ ਆਵਾਮ ਨੂੰ ਪਾਣੀ ਦੇ ਬਿੱਲ ਥਮਾ ਤੇ ਗਏ ਪਹਿਲੇ ਜੋ ਕਦੀ ਨਹੀਂ ਸੀ ਅੱਜ ਤੱਕ ਆਏ ਜੰਮੂ ਕਸ਼ਮੀਰ ਦੀ ਆਵਾਮ ਨੂੰ ਉਸ ਤੋਂ ਬਾਅਦ ਬਿਜਲੀ ਦੇ ਬਿੱਲਾਂ 'ਚ ਦਰਾਂ 'ਚ ਬੜੋਤਰੀ ਕਰ ਦਿੱਤੀ ਗਈ ਯਾਨੀ ਮੋਟੇ ਮੋਟੇ ਬਿਜਲੀ ਦੇ ਬਿੱਲ ਜੋ ਹੈ ਜਨਤਾ ਨੂੰ ਆ ਰਹੇ ਨੇ ਉਹਦੀ ਜਿਹੜੀ ਰਹੀ ਸਹੀ ਕਸਰ ਸੀ ਉਹ ਸਮਾਰਟ ਮੀਟਰ ਲਗਾ ਕੇ ਪੂਰੀ ਕਰ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਹੁਣ ਹੋਰ ਡਾਕਾ ਪਾਉਣ ਮਿਲਣ ਜਾ ਰਿਹਾ ਲੋਕਾਂ ਦੀ ਜੇਬ 'ਚ ਡਾਕਾ ਪੈ ਰਿਹਾ ਉਹ ਹੈ ਕਿ ਸੰਪੱਤੀ ਕਰ ਜਿਹੜੀ ਅਸੀਂ ਆਪਣੀ ਵਾਈਟ ਮਨੀ ਨਾਲ ਆਪਣੀ ਕਮਾਈ ਦੇ ਪੈਸੇ ਨਾਲ ਅਸੀਂ ਆਪਣੀ ਸੰਪੱਤੀ ਵੀ ਖਰੀਦੀ ਹੈ ਜਾਂ ਸਾਡੇ ਪੁਸ਼ਤਾਂ ਦੀ ਸੰਪੱਤੀ ਹੈ ਉਹਦੇ 'ਤੇ ਵੀ ਹੁਣ ਸਾਨੂੰ ਕਰ ਦੇਣਾ ਪਏਗਾ ਉਹਦੇ 'ਤੇ ਵੀ ਜਿਹੜਾ ਸੰਪੱਤੀ ਦੇ ਉੱਤੇ ਟੈਕਸ ਲੱਗੇਗਾ ਉਹ ਟੈਕਸ ਕੋਈ ਛੋਟਾ ਮੋਟਾ ਟੈਕਸ ਨਹੀਂ ਹੈ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਪੂਰਾ ਖੇਤਰਫਲ ਨਾਪਿਆ ਜਾ ਰਿਹਾ ਹਰ ਘਰ ਦਾ ਸਕੇਅਰ ਫੁੱਟ ਦੇ ਹਿਸਾਬ ਨਾਲ ਇਹ ਸਾਰਾ ਸਿਸਟਮ ਸ਼ੁਰੂ ਹੋ ਗਿਆ ਰਕਮ ਬਿਲਕੁਲ ਪੂਰਾ ਹੋ ਚੁੱਕਿਆ ਦਾ ਸੌਫਟਵੇਅਰ ਤਿਆਰ ਹੋ ਚੁੱਕਿਆ ਦਾ ਸਿਰਫ ਹੁਣ ਲਾਉਣ ਦੀ ਦੇਰੀ ਹੈ ਕਿ ਕਿਸ ਦਿਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਜੀ ਉਹਦਾ ਰਿਬਨ ਕੱਟਣਗੇ ਅਤੇ ਜਨਤਾ ਦੀ ਜੇਬ 'ਤੇ ਇੱਕ ਹੋਰ ਹੱਥ ਵਧੇਗਾ ਜਿਹੜਾ ਜਨਤਾ ਦੀ ਜੇਬ 'ਤੇ ਡਾਕਾ ਪਾਏਗਾ ਜਿਸ ਤਰ੍ਹਾਂ ਤੁਸੀਂ ਇਹ ਕਿ ਤੁਹਾਨੂੰ ਜਾਣਕਾਰੀ ਅੰਦਰੋਂ ਅੰਦਰੋਂ ਸੋਰਸਿਸ ਤੋਂ ਪਤਾ ਲੱਗੇ ਕਰਦਾ ਹੈ ਕਿ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਪ੍ਰੋਪਰਟੀ ਟੈਕਸ ਦੀ ਅਤੇ ਸਾਡੀ ਜਨਤਾ ਨੂੰ ਵੀ ਇਸ ਬਾਰੇ ਕੁਝ ਦੱਸੋ ਕਿ ਕਿਸ ਤਰ੍ਹਾਂ ਇਹ ਟੈਕਸ ਜਿਹੜਾ ਉਹ ਲੱਗਣਾ ਕਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਡਾਕਾ ਜਿਹੜਾ ਉਹ ਪੈਣਾ ਜੰਮੂ ਕਸ਼ਮੀਰ ਦੇ ਲੋਕਾਂ ਦੇਖੀਏ ਬੜਾ ਮੋਟਾ ਜਨਤਾ ਨੂੰ ਮੈਂ ਆਗਾਹ ਕਰਨਾ ਚਾਹੁੰਦਾ ਕਿ ਜਨਤਾ ਜਾਗੇ ਆਪਣੇ ਅਧਿਕਾਰਾਂ ਵਾਸਤੇ ਆਪਣੇ ਹੱਕ ਵਾਸਤੇ ਸੜਕਾਂ 'ਤੇ ਉਤਰੇ ਕਿਉਂਕਿ ਸਰਕਾਰ ਨੂੰ ਸੁਚੇਤ ਕਰਨਾ ਪਏਗਾ ਸਰਕਾਰ ਨੂੰ ਜਗਾਉਣਾ ਪਏਗਾ ਸਰਕਾਰ ਨੂੰ ਉਹ ਸਿਲਸਿਲਾ ਛੱਡਣਾ ਪਏਗਾ ਜਨਤਾ ਨੂੰ ਲੁੱਟਣ ਦਾ ਜਨਤਾ ਦੀ ਜੇਬ 'ਤੇ ਡਾਕਾ ਪਾਉਣ ਦਾ ਅਸੀਂ ਹਰ ਚੀਜ਼ 'ਤੇ ਟੈਕਸ ਦੇ ਰਹੇ ਹਾਂ ਸਰ ਜਨਤਾ ਆਵਾਮ ਟੈਕਸ ਦਿੰਦੀ ਹੈ ਉਹਦੇ ਬਾਅਦ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਤੁਸੀਂ ਸੁਵਿਧਾਵਾਂ ਵੀ ਤਾਂ ਦਿਓ ਜਨਤਾ ਘਰ ਦੇਣ ਨੂੰ ਤਿਆਰ ਹੈ ਮਗਰ ਸੁਵਿਧਾਵਾਂ ਦਿਓ ਤੁਸੀਂ ਹਰ ਘਰ ਤੋਂ ਕੂੜਾ ਤੱਕ ਉਠਾਉਣ ਦਾ ਪੈਸਾ ਵਸੂਲ ਕਰਦੇ ਹੋ ਗਲੀਆਂ ਨਾਲੀਆਂ ਚੌਕ ਪਈਦੀਆਂ ਉਹਦੇ ਬਾਵਜੂਦ ਵੀ ਤੁਸੀਂ ਇੱਕ ਮੋਟੀ ਭਾਰੀ ਰਕਮ ਸੰਪੱਤੀ ਕਰ ਦੇ ਉੱਪਰ ਬਟੋਰਨ ਜਾ ਰਹੇ ਹੋ ਜਿਹੜੀ ਸਕੇਅਰ ਫੁੱਟ ਦੇ ਹਿਸਾਬ ਨਾਲ ਹੋਏਗੀ ਜਿਹੜੀ ਇੰਟਰਨਲ ਜਾਣਕਾਰੀਆਂ ਮਿਲੀਆਂ ਹਰ ਘਰ ਦਾ ਤੁਸੀਂ ਦੇਖਿਆ ਹੋਣਾ ਤੁਹਾਡੇ ਘਰ ਵੀ ਫੀਤਾ ਲੈ ਕੇ ਆਏ ਹੋਣੇ ਘਰ ਦਾ ਨਾਪਣਗਾ ਉਹਦੀ ਲੈਂਥ ਬ੍ਰਿਥ ਸਭ ਕੁਝ ਨਾਪ ਰਹੇ ਨੇ ਅਤੇ ਪੂਰੀ ਤਿਆਰੀਆਂ ਪੂਰਾ ਡਾਟਾ ਤਿਆਰ ਹੋ ਰਿਹਾ ਕਿ ਹਰ ਘਰ ਨੂੰ ਸਕੇਅਰ ਫੁੱਟ ਦੇ ਹਿਸਾਬ ਨਾਲ ਕਮਰਸ਼ੀਅਲ ਵੀ ਰੈਜ਼ੀਡੈਂਸ਼ੀਅਲ ਨੂੰ ਵੀ ਟੈਕਸ ਪੈਣ ਜਾ ਰਿਹਾ ਪ੍ਰੋਪਰਟੀ ਟੈਕਸ ਤਾਂ ਉਨ ਜਗ੍ਹਾਵਾਂ 'ਤੇ ਲੱਗਦਾ ਉਨ ਸਟੇਟਾਂ ਲੱਗਦਾ ਜਿੱਥੇ ਫੈਸਿਲਿਟੀਆਂ ਵੀ ਪ੍ਰੋਪਰ ਹੋਣ ਜਿੱਥੇ ਤੁਹਾਡੀ ਸੜਕਾਂ ਸੋਹਣੀਆਂ ਹੋਣ ਜਿੱਥੇ ਪ੍ਰੋਪਰ ਡਰੇਨੇਜ ਸਿਸਟਮ ਹੋਏ ਜਿੱਥੇ ਤੁਹਾਨੂੰ ਹਰ ਫੈਸਿਲਿਟੀ ਮਿਲੇ ਪਰ ਤੁਹਾਨੂੰ ਲੱਗਦਾ ਕਿ ਜੰਮੂ ਕਸ਼ਮੀਰ 'ਚ ਇਸ ਵੇਲੇ ਪ੍ਰੋਪਰਟੀ ਟੈਕਸ ਲਾਉਣਾ ਕਿਤੇ ਨਾ ਕਿਤੇ ਸਹੀ ਹੈ ਦੇਖੀਏ ਜੰਮੂ ਕਸ਼ਮੀਰ ਨੂੰ ਇੱਕ ਨਾ ਪ੍ਰਯੋਗਸ਼ਾਲਾ ਬਣਾ ਦਿੱਤਾ ਗਿਆ ਇਸ ਲਈ ਜਿਹੜਾ ਵੀ ਨਵਾਂ ਕੋਈ ਕਾਨੂੰਨ ਆਉਂਦਾ ਸਰਕਾਰ ਦੇ ਮਨ 'ਚ ਆਉਂਦਾ ਕਿ ਇੱਥੋਂ ਜਨਤਾ ਨੂੰ ਬਟੋਰਨਾ ਪੈਸਾ ਉਹ ਸਰਨਾ ਪਹਿਲੇ ਉਹਦਾ ਐਕਸਪੈਰੀਮੈਂਟ ਜਿਹੜਾ ਜੰਮੂ 'ਚ ਕਰ ਦਿੱਤਾ ਜਾਂਦਾ ਭਾਵੇਂ ਉਹ ਸਮਾਰਟ ਪਾਰਕਿੰਗ ਦੇ ਨਾਂ ਤੋਂ ਹੋਏ ਤੁਸੀਂ ਦੇਖਿਆ ਕਿ ਸਮਾਰਟ ਪਾਰਕਿੰਗ ਵੀ ਹੁਣ ਜਿਹੜੀ ਟੈਗ ਵਾਲੀ ਪਾਰਕਿੰਗ ਆ ਗਈ ਹੈ ਫਾਸਟ ਟੈਗ ਤੋਂ ਤੁਹਾਡਾ ਉਹ ਕਿੱਥੇ ਨਹੀਂ ਹੋਰ ਹੋਇਆ
ਪੂਰੇ ਦੇਸ਼ 'ਚ ਕਿਸੇ ਰਾਜ 'ਚ ਨਹੀਂ ਹੋਇਆ, ਜੰਮੂ ਕਸ਼ਮੀਰ 'ਚ ਸਰਨਾ ਪਹਿਲੇ ਲਾਗੂ ਹੋ ਗਿਆ। ਯਾਨੀ ਜੰਮੂ ਕਸ਼ਮੀਰ ਇਸ ਲਈ ਸਮਾਰਟ ਸਿਟੀ ਬਣੇ, ਅਨਾਥ ਹੋ ਚੁੱਕਿਆ ਦਾ, ਅਨਾਥ ਮੈਂ ਤਾਂ ਕਹੂੰਗਾ, ਜੰਮੂ ਕਸ਼ਮੀਰ ਦੀ ਆਵਾਮ ਅਨਾਥ ਹੈ। ਲੋਕਤੰਤਰ ਬਹਾਲੀ ਨਹੀਂ ਹੋ ਰਹੀ, 4 ਸਾਲ ਤੋਂ ਉੱਪਰ ਦਾ ਸਮੇਂ ਹੋ ਗਿਆ, ਸਾਡੀ ਆਪਣੀ ਕੋਈ ਸਰਕਾਰ ਨਹੀਂ ਹੈ। ਜਿਹੜੇ ਸਾਡੇ 'ਤੇ ਉੱਪਰ ਬਣਾਏ ਬਿਠਾਏ ਗਏ ਨੇ ਜਿੰਨੇ ਵੀ ਅਧਿਕਾਰੀ ਉੱਚ ਅਧਿਕਾਰੀ, ਉਹ ਸਾਰੇ ਬਾਹਰ ਦੇ ਨੇ। ਕਿਸੇ ਨੂੰ ਜੰਮੂ ਦੇ ਆਵਾਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜੰਮੂ ਕਸ਼ਮੀਰ 'ਚ ਜਿਹੜੇ ਉਪ ਰਾਜਪਾਲ ਬਿਠਾਏ ਗਏ ਨੇ ਉਹ ਵੀ ਬਾਹਰ ਦੇ ਨੇ। ਯਾਨੀ ਜੰਮੂ ਕਸ਼ਮੀਰ ਨੂੰ ਜਿਹਨੂੰ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੈ ਕੇ ਇੱਕ ਤਰ੍ਹਾਂ ਦਾ ਆਪਣੀ ਗੋਦ 'ਚ ਲਿਆ ਸੀ, ਸ਼ਾਇਦ ਇਹ ਸਮਝਿਆ ਜਾ ਰਿਹਾ ਸੀ ਕਿ ਜੰਮੂ ਕਸ਼ਮੀਰ 'ਚ ਹੁਣ ਤਰੱਕੀ ਦੀ ਰਾਹ 'ਤੇ ਦੌੜੇਗਾ, ਐਸਾ ਕੁਛ ਨਹੀਂ ਦਿਖਾਈ ਦੇ ਰਿਹਾ, ਉਲਟਾ ਹੋ ਰਿਹਾ ਸਭ ਕੁਛ। ਅਤੇ ਜਿਹੜੇ ਮੰਤਰੀ ਵੱਡੇ ਬੈਠੇ ਰਹੇ ਨੇ, ਵੱਡੇ ਵੱਡੇ ਲੀਡਰ ਜਿਹੜੇ ਜੰਮੂ ਦੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਨੇ ਕਿ ਅਸੀਂ ਜੰਮੂ ਦੇ ਲੋਕਾਂ ਦੇ ਨਾਲ ਹਾਂ, ਅਸੀਂ ਉਹਦੇ ਵਾਸਤੇ ਇਹ ਕਰ ਦਿਆਂਗੇ, ਅਸੀਂ ਹਰ ਵੇਲੇ ਉਹਦੇ ਨਾਲ ਪੱਗ ਦੇ ਨਾਲ ਪੱਗ ਮਿਲਾ ਕੇ ਚੱਲਾਂਗੇ, ਅਤੇ ਇਸ ਵੇਲੇ ਤੁਹਾਨੂੰ ਲੱਗ ਰਿਹਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸਾਹਮਣੇ ਆਉਣ ਦੀ ਲੋੜ ਹੈ, ਕਿਉਂਕਿ ਜਨਤਾ ਦੇ ਨਾਲ ਇਸ ਵੇਲੇ ਕਿਤੇ ਨਾ ਕਿਤੇ ਜਿਹੜੀ ਹੈ ਉਹ ਨਾ ਇਨਸਾਫੀ ਜਿਹੜੀ ਹੈ ਉਹ ਹੋਣੇ ਵਾਲੀ ਹੈ। ਬਿਲਕੁਲ ਆਉਣਾ ਚਾਹੀਦਾ ਜੀ, ਮੈਂ ਤਾਂ ਕਹਿੰਦਾ ਇਹ ਵੋਟ ਬਟੋਰਨ ਦੀ ਰਾਜਨੀਤੀ ਅਤੇ ਹਿੰਦੂਆਂ ਦੇ ਨਾਂ 'ਤੇ ਜਾਂ ਜੰਮੂ ਦੇ ਨਾਂ 'ਤੇ ਲੋਕਾਂ ਨੂੰ ਪੂਰੇ ਦੇਸ਼ 'ਚ ਜਿਹੜਾ ਗੁੰਮਰਾਹ ਕਰਕੇ ਢਿੰਡੋਰਾ ਪਿੱਟਿਆ ਜਾ ਰਿਹਾ, ਇਹ ਖੋਖਲਾ ਹੈ। ਆਪ ਲੋਕਾਂ ਦੇ ਮਾਧਿਅਮ 'ਚ, ਪੂਰੇ ਮੀਡੀਆ ਦੇ ਮਾਧਿਅਮ 'ਚ ਮੈਂ ਪੂਰੇ ਦੇਸ਼ ਤੱਕ ਇਹ ਗੱਲ ਕਰਾਉਣਾ ਚਾਹੁੰਦਾ ਕਿ ਜੰਮੂ ਕਸ਼ਮੀਰ ਦੇ ਇੰਟਰਨਲ ਹਾਲਾਤ ਦੇਖਣੇ ਅਤੇ ਆਓ ਜੰਮੂ ਕਸ਼ਮੀਰ, ਆਓ ਇੱਥੇ ਆ ਕੇ ਦੇਖੋ ਜਿਹੜਾ ਪ੍ਰਚਾਰ ਹੋ ਰਿਹਾ ਉਹ ਬਿਲਕੁਲ ਖੋਖਲਾ ਹੈ, ਬਿਲਕੁਲ ਉਲਟਾ ਜਿਹੜਾ ਜੋ ਕੁਛ ਜ਼ਮੀਨੀ ਹਕੀਕਤ ਹੈ ਉਹਦੇ ਬਿਲਕੁਲ ਵਿਪਰੀਤ ਹੈ। ਇੱਥੇ ਨਾ ਕਿਤੇ ਕਸ਼ਮੀਰ 'ਚ ਕੋਈ ਸ਼ਾਂਤੀ ਬਹਾਲੀ ਹੈ, ਅੱਜ ਵੀ ਕਸ਼ਮੀਰ ਦਾ ਇਹ ਹਾਲ ਹੈ ਕਿ ਹਿੰਦੂ ਉੱਥੇ ਨਹੀਂ ਜਾ ਸਕਦਾ ਪਿਆ, ਹਿੰਦੂ ਉੱਥੇ ਸੇਫ ਨਹੀਂ ਹੈ, ਹਿੰਦੂ ਉੱਥੇ ਸੁਰੱਖਿਅਤ ਨਹੀਂ ਹੈ। ਜੰਮੂ ਕਸ਼ਮੀਰ ਦੀ ਆਵਾਮ ਨੂੰ ਹਰ ਤਰ੍ਹਾਂ ਲੁੱਟਿਆ ਜਾ ਰਿਹਾ, ਸਾਡੀ ਸੰਸਕ੍ਰਿਤੀ। ਪਰ ਕਿਤੇ ਨਾ ਕਿਤੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਵੀ ਇੱਥੇ ਗਲਤੀ ਹੈ ਕਿ ਉਹ ਇੰਨੇ ਜ਼ਿਆਦਾ ਇਸ ਚੀਜ਼ ਨੂੰ ਧਿਆਨ ਨਾਲ ਨਹੀਂ ਸੁਣੇ ਕਰਦੇ, ਸਮਝੇ ਨਹੀਂ ਕਰਦੀ ਇਹ ਕਿੰਨੀ ਜ਼ਿਆਦਾ ਜਿਹੜੀ ਹੈ ਕਿੰਨੀ ਜ਼ਿਆਦਾ ਗੰਭੀਰ ਗੱਲ। ਦੇਖੀਏ ਜੰਮੂ ਕਸ਼ਮੀਰ ਦੀ ਆਵਾਮ ਦੀ ਇੱਕ ਥੋੜ੍ਹੀ ਜਿਹੀ ਮੈਂ ਤਾਰੀਫ ਵੀ ਜ਼ਰੂਰ ਕਰਾਂਗਾ ਕਿ ਇਹ ਬੜੇ ਪੇਸ਼ੈਂਸ ਵਾਲੇ ਲੋਕ ਨੇ, ਮੈਂ ਤਾਂ ਕਹਿੰਦਾ ਡੋਗਰਾ ਸਾਦੇ ਲੋਕ ਨੇ, ਬੜੀ ਜਲਦੀ ਵਿਸ਼ਵਾਸ ਕਰ ਲੈਂਦੇ ਨੇ, ਮਗਰ ਜਦੋਂ ਇਹ ਵਿਪਰੀਤ ਹੁੰਦੇ ਨੇ, ਜਦੋਂ ਇਹ ਸਬਕ ਸਿਖਾਉਣ ਦੀ ਠਾਣ ਲੈਂਦੇ ਨੇ ਅਤੇ ਇਹ ਸਬਕ ਸਿਖਾ ਕੇ ਹੀ ਦਮ ਲੈਂਦੇ ਨੇ। ਹੁਣ ਉਹ ਸਟੇਜ ਆ ਰਹੀ ਹੈ ਕਿ ਜੰਮੂ ਕਸ਼ਮੀਰ ਦੀ ਆਵਾਮ ਜਾਗਦੀ ਪਈ ਹੈ, ਆਪਣੇ ਅਧਿਕਾਰ ਆਪਣੇ ਹੱਕਾਂ ਤੋਂ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਜਾਗਰੂਕ ਹੋ ਰਹੇ ਨੇ। ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡੇ ਨਾਲ ਹਰ ਗੱਲ ਦੇ ਵਿੱਚ ਧੱਕਾ ਹੋ ਰਿਹਾ, ਸਾਨੂੰ ਇੱਕ ਪ੍ਰਯੋਗਸ਼ਾਲਾ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ, ਸਾਨੂੰ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ, ਮਗਰ ਜ਼ਮੀਨੀ ਤੌਰ 'ਤੇ ਸਾਡੀ ਕੋਈ ਭਲਾਈ ਨਹੀਂ ਹੋ ਰਹੀ, ਸਾਡੀ ਡੋਗਰਾ ਸੰਸਕ੍ਰਿਤੀ ਪਹਿਚਾਣ ਖਤਮ ਹੋਣ ਦੀ ਸਾਜਿਸ਼ ਖੇਲੀ ਜਾ ਰਹੀ ਹੈ, ਹਰ ਸਾਡੇ ਅਧਿਕਾਰ ਖਤਮ ਕੀਤੇ ਜਾ ਰਹੇ ਨੇ ਸਥਾਨੀ ਲੋਕਾਂ ਦੇ, ਹਰ ਚੀਜ਼ ਸਾਡੇ ਜਿਹੜੇ ਜੰਮੂ ਕਸ਼ਮੀਰ ਦੇ ਰਿਸੋਰਸਿਸ ਨੇ ਉਹਨਾਂ ਨੂੰ ਲੁੱਟਿਆ ਜਾ ਰਿਹਾ ਇਸ ਸਮੇਂ, ਅਤੇ ਜੰਮੂ ਕਸ਼ਮੀਰ ਦੀ ਆਵਾਮ ਜਾਗ ਰਹੀ ਹੈ। ਮੈਂ ਉਹਨਾਂ ਨੂੰ ਦੁਬਾਰਾ ਵੀ ਤੁਹਾਡੇ ਮਾਧਿਅਮ ਤੋਂ ਅਪੀਲ ਕਰਨਾ ਕਿ ਉੱਠੋ ਜਾਗੋ ਆਪਣੇ ਹੱਕ ਲਓ, ਜਦ ਤੱਕ ਤੁਹਾਨੂੰ ਹੱਕ ਨਹੀਂ ਮਿਲਦੇ ਤਦ ਤੱਕ ਤੁਸੀਂ ਸੜਕਾਂ 'ਤੇ ਰਹੋ, ਤੁਹਾਡੀ ਜਿੱਤ ਹੋਏਗੀ, ਜਨਤਾ ਹੀ ਸਾਡਾ ਵੱਡੀ ਜਨਾਰਦਨ ਹੈ। ਅੱਛਾ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗੀ, ਮੰਨ ਲਓ ਜਿਸ ਤਰ੍ਹਾਂ ਇੱਕ ਕਨਾਲ ਜ਼ਮੀਨ ਹੈ ਅਤੇ ਉਸਦੇ ਉੱਪਰ ਇੱਕ ਬੰਦੇ ਨੇ ਇੱਕ ਮਤਲਬ ਇੱਕ ਕਮਰਾ ਜਿਹੜਾ ਉਹ ਬਣਾਇਆ ਅਤੇ ਬਾਕੀ ਜ਼ਮੀਨ ਜਿਹੜੀ ਹੈ ਉਹ ਖਾਲੀ ਹੈ, ਅਤੇ ਮੈਨੂੰ ਸਮਝਾਓ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਟੈਕਸ ਹੈ ਉਹਦੀ ਜ਼ਮੀਨ 'ਤੇ ਲੱਗੇ। ਦੇਖੋ ਜੀ, ਇਹ ਬਿਲਕੁਲ ਬੜਾ ਜ਼ਿਆਦਾ ਨਾ ਇਨਸਾਫੀ ਹੋ ਰਹੀ ਹੈ। ਜ਼ਮੀਨ ਮੇਰੇ ਕੋਲ, ਸਪੋਜ਼ ਮੇਰੇ ਬਾਪ ਦਾਦਾ ਨੇ ਮੈਨੂੰ 2 ਕਨਾਲ ਜ਼ਮੀਨ ਦੇ ਦਿੱਤੀ ਦੀ, ਮੇਰੀ ਹੁਣ ਪੁਜੀਸ਼ਨ ਨਹੀਂ ਹੈ ਕਿ ਮੈਂ ਉਹਦੇ 'ਤੇ 2 ਕਨਾਲ ਜ਼ਮੀਨ ਦੇ ਵਿੱਚ ਆਪਣਾ ਮਕਾਨ ਬਣਾ ਸਕਾਂ, ਮੈਂ ਬਾਉਂਡਰੀ ਵਾਲ 'ਤੇ ਕੀਤੀ ਦੀ ਹੈ, ਉਹਦੇ 'ਚ ਮੈਂ ਸਿਰਫ ਇੱਕ ਆਮ ਆਦਮੀ ਦੀ ਤਰ੍ਹਾਂ, ਮੇਰੇ ਕੋਲ ਉਨੇ ਹੀ ਪੈਸੇ ਨੇ, ਮੈਂ 1 ਕਮਰਾ 1 ਰਸੋਈ ਰੱਖੀ ਹੈ, ਮਗਰ ਉਹਦਾ ਨਾਪ ਨਹੀਂ ਹੋ ਰਿਹਾ ਜਿਹੜਾ ਖੇਤਰਫਲ ਨਾਪਿਆ ਜਾ ਰਿਹਾ। ਤੁਹਾਡੀ ਬਾਉਂਡਰੀ ਲਾਈਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ 1 ਕਨਾਲ ਦੇ ਉੱਪਰ ਜਿੰਨੇ ਸਕੇਅਰ ਫੁੱਟ ਬਣਦਾ ਉਨੇ ਸਕੇਅਰ ਫੁੱਟ ਦੇ ਉੱਪਰ ਸੰਪੱਤੀ ਕਰ ਲਗਾਉਣ ਦੀ ਪੂਰੀ ਤਿਆਰੀ ਹੈ। ਅੱਛਾ, ਯਾਨੀ ਜਨਤਾ ਨੂੰ ਲੁੱਟਣ ਦੀ ਕੋਈ ਕਸਰ ਨਹੀਂ ਛੋੜੀ ਜਾ ਰਹੀ। ਕਿਹਾ ਤਾਂ ਇਹ ਜਾਏਗਾ ਕਿ 370 ਦੇ ਬਾਅਦ ਖੁਸ਼ਹਾਲੀ ਆਉਣੀ ਹੈ, ਡਿਵੈਲਪਮੈਂਟ ਆਉਣੀ ਹੈ, ਗਰੋਥ ਆਉਣੀ ਹੈ, ਯੂਥ ਵਾਸਤੇ ਨੌਕਰੀ ਆਉਣੀ ਹੈ, ਸਾਰਾ ਕੁਛ ਆਉਣਾ। ਪਤਾ ਆਈ ਹੈ, ਬੜਾ ਕੁਛ ਆਇਆ, ਬੇਰੁਜ਼ਗਾਰੀ ਆਈ ਹੈ, ਆਰਥਿਕ ਖੁਸ਼ਹਾਲੀ ਦੀ ਜਗ੍ਹਾ ਆਰਥਿਕ ਮੰਦੀ ਆਈ ਹੈ, ਰਾਹਤ ਦੀ ਜਗ੍ਹਾ ਮਹਿੰਗਾਈ ਵਧੀ ਹੈ, ਇਹ ਸਾਰੀਆਂ ਚੀਜ਼ਾਂ ਆਈਆਂ। ਪਰ ਕਿਤੇ ਨਾ ਕਿਤੇ ਉਸ ਵੇਲੇ ਤੁਸੀਂ ਵੀ ਇਸ ਦੇ ਸਮਰਥਨ 'ਚ ਸੀ ਕਿ 370 ਟੁੱਟਣ ਦੇ ਬਾਅਦ ਸਾਡੇ ਲੋਕਾਂ ਵਾਸਤੇ ਜਿਹੜਾ ਉਹ ਬੜੀ ਸਾਰੀ ਚੀਜ਼ਾਂ ਜਿਹੜੀਆਂ ਨੇ, ਬੜੀ ਫੈਸਿਲਿਟੀਆਂ ਜੰਮੂ ਕਸ਼ਮੀਰ 'ਚ ਆਉਣੀਆਂ ਨੇ, ਹੁਣ ਕਿਤੇ ਨਾ ਕਿਤੇ ਲੱਗ ਰਿਹਾ। ਬਿਲਕੁਲ, ਜੰਮੂ ਕਸ਼ਮੀਰ ਦੀ ਆਵਾਮ ਇਸ ਲਈ ਮੈਂ ਇੱਕੋ ਹੀ ਵਰਡ ਕਹਾਂਗਾ, ਆਪਣੇ ਆਪ ਨੂੰ ਠੱਗਾ ਹੋਇਆ, ਲੁੱਟਿਆ ਹੋਇਆ ਅਤੇ ਅਨਾਥ ਮਹਿਸੂਸ ਕਰ ਰਹੀ ਹੈ। ਅਤੇ ਤੁਸੀਂ ਸੁਣ ਲਿਆ ਕਿ ਆਉਣ ਵਾਲੇ ਟਾਈਮ 'ਚ ਜਿਸ ਤਰ੍ਹਾਂ ਇਹਨਾਂ ਨੇ ਸੁਣਾਇਆ ਕਿ ਅੰਦਰੋਂ ਜਾਣਕਾਰੀ ਮਿਲੇ ਕਰਦੀ ਹੈ ਕਿ ਛੇਤੀ ਹੁਣ ਜੰਮੂ ਕਸ਼ਮੀਰ 'ਚ ਪ੍ਰੋਪਰਟੀ ਟੈਕਸ ਲੱਗਣ ਵਾਲੇ ਆ, ਅਤੇ ਜਨਤਾ ਤੋਂ ਗੁਜ਼ਾਰਿਸ਼ ਇਹ ਸਾਰੇ ਲੋਕ ਇੱਕੋ ਹੀ ਕਰਦੇ ਨੇ ਕਿ ਜਾਗ ਜਾਓ, ਅੱਖਾਂ ਖੋਲ੍ਹ ਲਓ, ਹੁਣ ਜਿਸ ਘਰ ਤੁਸੀਂ ਰਹਿਣਾ ਤੁਹਾਨੂੰ ਉਸਦਾ ਵੀ ਸੰਪੱਤੀ ਕਰ ਜਿਹੜਾ ਉਹ ਦੇਣਾ ਪੈਣਾ। ਯਾਨੀ ਤੁਸੀਂ ਆਪ ਜ਼ਮੀਨ ਖਰੀਦੀ, ਆਪਣੇ ਪੈਸਿਆਂ ਨਾਲ ਘਰ ਬਣਾਇਆ, ਅਤੇ ਜਿੱਥੇ ਤੁਸੀਂ ਰਹਿਣਾ ਆਪਣੇ ਰਹਿਣੇ ਦੇ ਹੀ ਪੈਸੇ ਜਿਹੜੇ ਨੇ ਉਹ ਤੁਹਾਨੂੰ ਐਡਮਿਨਿਸਟ੍ਰੇਸ਼ਨ ਨੂੰ ਦੇਣੇ ਪੈਣੇ, ਪਾਣੀ ਤੋਂ ਲੈ ਕੇ ਕੋਈ ਵੀ ਬਿੱਲ ਜਿਹੜਾ ਹੈ, ਕੋਈ ਵੀ ਤੁਸੀਂ ਟੈਕਸ, ਤੁਸੀਂ ਜਿਸ ਵੇਲੇ
ਪ੍ਰੋਪਰ ਡਰੇਨੇਜ ਸਿਸਟਮ ਨਹੀਂ ਹੁੰਦਾ, ਨਾਲੀਆਂ ਜਿਹੜੀਆਂ ਉਹ ਵਗਦੀਆਂ ਨੇ ਜਿਸ ਵੇਲੇ ਬਾਰਿਸ਼ ਹੁੰਦੀ ਹੈ, ਮਤਲਬ ਕੋਈ ਵੀ ਫੈਸਿਲਿਟੀ ਜਿਹੜੀ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀ ਉਹ ਨਹੀਂ ਮਿਲਦੀ। ਜਿੰਨਾ ਪੈਸਾ ਉਹ ਭਰਦੇ ਨੇ ਉਸ ਹਿਸਾਬ ਨਾਲ ਜਿੰਨੀ ਫੈਸਿਲਿਟੀਆਂ ਮਿਲਣੀ ਚਾਹੀਦੀਆਂ ਨੇ ਉਹ ਨਹੀਂ ਮਿਲਦੀਆਂ, ਪਰ ਇਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਹੁਣ ਤਾਂ ਜਾਗ ਜਾਓ।